ਸਸ਼ੀਕਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡਾ ਲਾਜ ਮੌਜੂਦ ਨੇ ਆਈਆਈਐਮ ਅਹਮਦਾਬਾਦ ਦੇ ਲਿਮਾਈ ਮਿਸਟਰ ਸੋਨੀ ਗੋਇਲ ਸਸ਼ੀਕਲ ਸਾਹਿਬ ਸਸ਼ੀਕਲ ਜੀ ਸਰ ਪ੍ਰੋਜੈਕਟ ਤੁਹਾਡਾ ਪੰਜਾਬ 100 ਸੋ ਵਾਟ ਦਿਸ ਪ੍ਰੋਜੈਕਟ ਇਜ਼ 올 ਅਬਾਊਟ ਆਈਡੀਆ ਕੀ ਹੈ ਅ ਦੇਖੋ ਜਿਹੜਾ ਸਾਡਾ ਪ੍ਰੋਜੈਕਟ ਹੈ ਪੰਜਾਬ 100 ਇਹਦੇ ਵਿੱਚ 100 ਲੜਕੀਆਂ ਜੋ ਕਿ ਗ੍ਰੈਜੂਏਟ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਉਹ ਪੰਜਾਬ ਦੀਆਂ ਲੜਕੀਆਂ ਨੇ ਬਾਹਰ ਕਿਤੋਂ ਗ੍ਰੈਜੂਏਸ਼ਨ ਕਰ ਰਹੀਆਂ ਨੇ ਉਹ ਜਿਨ੍ਹਾਂ ਦੀ ਇਕਨੋਮਿਕ ਬੈਕਗਰਾਉਂਡ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈ ਪਰ ਉਹਨਾਂ ਦਾ ਇੱਕ ਸੁਪਨਾ ਹੈ ਕਿ ਉਹ MBA ਕਰਨਾ ਚਾਹੁੰਦੀ ਹੈ अच्छे कॉलेजेस ਤੋਂ ਉਹਨਾਂ ਨੂੰ ਅਸੀਂ MBA ਦੇ ਐਗਜ਼ਾਮ ਲਈ ਜਿਹਨੂੰ ਕਿਸੀ CAT ਕਹਿੰਦੇ ਆ ਤਾਂ CAT ਲਈ ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ ਇਹਨਾਂ 100 ਲੜਕੀਆਂ ਨੂੰ ਇੱਕ ਟੈਸਟ ਦੇ ਥਰੂ ਅਸੀਂ ਸਿਲੈਕਟ ਕਰਾਂਗੇ ਤੇ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਨੂੰ ਟ੍ਰੇਨ ਕੀਤਾ ਜਾਏਗਾ ਇਹ ਜਿਹੜੀ ਕੋਚਿੰਗ ਹੈ ਦੀ ਨਾਰਮਲ ਜਿਹੜੀ ਮਾਰਕੀਟ ਦੇ ਵਿੱਚ ਫੀਸ ਰਹਿੰਦੀ ਹੈ ਉਹ 50 ਤੋਂ 60000 ਰੁਪਏ ਰਹਿੰਦੀ ਹੈ ਬਟ ਕਿਉਂਕਿ ਇਹ ਜਿਹੜੀਆਂ ਬੱਚੀਆਂ ਅਸੀਂ ਚੂਸ ਕਰਨੀਆਂ ਨੇ ਸਿਲੈਕਟ ਕਰਨੇ ਜਿਨ੍ਹਾਂ ਨੂੰ ਇਹ ਇਕਨੋਮਿਕ ਵੀਕਰ ਬੈਕਗਰਾਉਂਡ ਤੋਂ ਹਨ ਹੋਣ ਗਿਆ ਤਾਂ ਇਹਨਾਂ ਨੂੰ ਅਸੀਂ ਕੋਈ ਵੀ ਫੀਸ ਇਹਨਾਂ ਦੀ ਚਾਰਜ ਨਹੀਂ ਕੀਤੀ ਜਾਏਗੀ ਤੇ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾਏਗੀ ਕਿ ਉਹ ਆਈਐਮ ਦੇ ਵਿੱਚ ਸਿਲੈਕਟ ਹੋ ਸਕਣ ਸੋ ਜਿਵੇਂ ਤੁਸੀਂ ਦੱਸਿਆ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਇਕਨੋਮਿਕਲੀ ਵੀਕਿੰਡ ਸੈਕਸ਼ਨ ਸੁਸਾਇਟੀ ਤੋਂ ਹੋਣੇ ਚਾਹੀਦੇ ਨੇ ਇਹ ਕਿਵੇਂ ਪ੍ਰੋਸੈਸ ਕਰ ਸਕਦੇ ਆਂ ਅ ਇਹਦੇ ਲਈ ਸਭ ਤੋਂ ਪਹਿਲਾ ਜੋ ਸੜੀ ਵੈਬਸਾਈਟ ਹੈ www.missioncad.in ਉਸ ਤੇ ਜਾ ਕੇ ਬੱਚੇ ਨੇ ਰਜਿਸਟਰ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਲਿੰਕ ਮਿਲੇਗਾ ਜਿਸ ਤੇ ਉਹਨਾਂ ਨੇ ਆਪਣੇ ਜਿਹੜੇ ਡਾਕੂਮੈਂਟਸ ਹੈ ਉਹ ਅਪਲੋਡ ਕਰਨੇ ਹਨ ਜਿਵੇਂ ਕਿ ਆਧਾਰ ਕਾਰਡ ਤੇ ਉਹਨਾਂ ਦਾ ਜੇ ਕੋਈ ਇਕਨੋਮਿਕ ਵੀਕਰ ਸੈਕਸ਼ਨ ਦਾ ਸਰਟੀਫਿਕੇਟ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਹੋਏਗਾ 19th ਜੂਨ ਨੂੰ ਤੇ ਲਾਸਟ ਦੇ ਵਿੱਚ ਬੱਚਿਆਂ ਦਾ ਇੰਟਰਵਿਊ ਹੋਏਗਾ ਤੇ ਉਹਦੇ ਵਿੱਚੋਂ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੋਣਗੇ ਉਹ ਅਸੀਂ ਜਿਹੜੇ ਹੈ ਸਿਲੈਕਟ ਕਰਾਂਗੇ ਜਿਵੇਂ ਅਮੈਂ ਪੜ੍ਹ ਰਹੀ ਸੀ ਤੁਹਾਡੇ ਪ੍ਰੋਜੈਕਟ ਬਾਰੇ ਊਮਨ ਲੀਡ ਏਮਪਾਵਰਮੈਂਟ ਐਜੂਕੇਸ਼ਨ ਤੋਂ ਅਲਾਵਾ ਕੋਈ ਹੋਰ ਸੋਸ਼ਲ ਕੌਜ਼ ਵੀ ਹੈ ਜਿਹਦੇ ਲਈ ਜੀ ਦੇਖੋ ਜਿਹੜਾ ਸਾਡਾ ਅਸੀਂ ਊਮਨ ਏਮਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਅਸੀਂ ਜਿਹੜਾ ਊਮਨ ਨੂੰ ਉਹਨਾਂ ਦਾ ਸਸ਼ਕਤੀਕਰਨ ਕਰਨਾ ਹੈ ਪਰ ਜਦੋਂ ਤੁਸੀਂ ਰਿਐਲਿਟੀ ਦੇਖਦੇ ਹਾਂ ਸਾਡਾ ਜਿਹੜਾ ਟਾਪ ਮੈਨੇਜਮੈਂਟ ਹੈ ਉਹਦੇ ਵਿੱਚ ਸਿਰਫ 5% ਔਮੇਨ ਹੈਗੇ ਨੇ ਜਿਹੜੇ ਸਾਡੇ ਹਾਇਰ ਐਜੂਕੇਸ਼ਨ ਦੇ ਇੰਸਟੀਟਿਊਟਸ ਹੈ ਉਹਨਾਂ ਦੇ ਵਿੱਚ 10% ਤੋਂ ਜ਼ਿਆਦਾ ਔਮੇਨ ਜਿਹੜੀਆਂ ਨੇ ਉਹ ਐਜੂਕੇਸ਼ਨ ਨਹੀਂ ਲੈ ਰਹੀਆਂ ਹਾਲਾਂਕਿ ਗਰਾਊਂਡ ਲੈਵਲ ਤੇ ਜਾਂ ਸੀ ਕਹਾਂਗੇ ਪ੍ਰਾਇਮਰੀ ਲੈਵਲ ਤੇ ਇਹ ਰੇਸ਼ਿਓ ਕਾਫੀ ਬੈਟਰ ਹੋਈ ਹੈ ਬਟ ਹਜੇ ਵੀ ਜਿਹੜਾ ਸਾਡਾ ਹਾਇਰ ਐਜੂਕੇਸ਼ਨ ਤੇ ਲੀਡਰਸ਼ਿਪ ਪੋਜੀਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਸਾਰਾ ਔਮੇਨ ਦਾ ਕੰਟਰੀਬਿਊਸ਼ਨ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਓਪਰਚ्युनिटीਜ਼ ਨਹੀਂ ਮਿਲਦੀਆਂ ਸਾਡਾ ਜਿਹੜਾ ਸਮਾਜ ਹੈ ਉਹ ਲੜਕੀ ਦੀ ਸਿੱਖਿਆ ਤੇ ਪੈਸੇ ਨਹੀਂ ਖਰਚ ਕਰਦਾ ਉਹ ਉਹਦੇ ਸ਼ਾਦੀ ਤੇ ਉਹਨੇ 20 ਲੱਖ ਰੁਪਏ ਉਹ ਲਗਾਉਣਾ ਪਸੰਦ ਕਰਦੇ ਆ ਪਰ ਉਹਦੇ ਤੇ 10 ਲੱਖ ਉਹਨੂੰ ਪੜਾਣ ਤੇ ਨਹੀਂ ਲਗਾਣਗੇ ਤੇ ਇਸੇ ਕਰਕੇ ਜਿਹੜੀਆਂ ਸਾਡੇ ਉਹਦੇ ਪਰਸੈਂਟੇਜ ਹੈ ਲੀਡਰਸ਼ਿਪ ਦੇ ਵਿੱਚ ਉਹ 5% ਤੋਂ ਜ਼ਿਆਦਾ ਨਹੀਂ ਹੈਗਾ ਸਾਡੇ ਕੋਲ ਬਹੁਤ ਗਿਨੇ ਚੁਨੇ ਨਾਮ ਨੇ ਜਿਹੜੇ ਕਿਸੇ ਕਹਿ ਸਕਦਿਆਂ ਕਿ ਉਹ ਸੀਨੀਅਰ ਪੋਜੀਸ਼ਨਸ ਤੇ ਲੜਕੇ ਤਾਂ ਇਹ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਔਰਤਾਂ ਐਮਪਾਵਰਮੈਂਟ ਕਰ ਰਿਹਾ ਅਸੀਂ ਕਹਿੰਦੇ ਕਿ ਅਸੀਂ ਔਰਤ ਲੀਡਰ ਕ੍ਰੀਏਟ ਕਰ ਰਿਹਾ ਤਾਂ ਔਰਤ ਲੈਡ ਐਮਪਾਵਰਮੈਂਟ ਹੋਏਗੀ ਇਹ ਤੇ ਇਹਦਾ ਇੰਪੈਕਟ ਜਿਹੜਾ ਸ਼ਾਇਦ ਆਉਣ ਵਾਲੇ 10 ਜਾਂ 15 ਸਾਲਾਂ ਚ ਸਾਨੂੰ ਪਤਾ ਲੱਗੇਗਾ ਜਦੋਂ ਇਹਨਾਂ ਦੇ ਵਿੱਚੋਂ ਕੁਝ ਲੜਕੀਆਂ ਕੁਝ ਸਟਾਰਟਅੱਪਸ ਸ਼ੁਰੂ ਕਰਨਗੀਆਂ ਕੁਝ ਲੀਡਰਸ਼ਿਪ ਪੋਜੀਸ਼ਨਸ ਤੇ ਜਾਣਗੀਆਂ ਕੁਝ ਸੋਸ਼ਲ ਪ੍ਰੋਜੈਕਟਸ ਕਰਨਗੀਆਂ ਕਿਉਂਕਿ ਜਦੋਂ ਵੀ ਕੋਈ ਬੱਚਾ ਆਈਆਈਐ ਪੋਸਟ ਗ੍ਰੈਜੂਏਸ਼ਨ ਕਰਦਾ ਹੈ ਤਾਂ ਉਹਦਾ ਕੌਨਫੀਡੈਂਸ ਲੈਵਲ ਉਹਦਾ ਨੈਟਵਰਕ ਤੇ ਉਹਦੀ ਜਿਹੜੀ ਨੈਟਵਰਥ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ ਤੇ ਜਦੋਂ ਉਹ ਖੁਦ ਏਮਪਾਵਰਡ ਹੋ ਗਿਆ ਤਾਂ ਉਹ ਬਾਕੀ ਆਪਣੀ ਸੋਸਾਇਟੀ ਨੂੰ ਆਪਣੇ ਸਮਾਜ ਨੂੰ ਤੇ ਆਪਣੇ ਦੇਸ਼ ਦੇ ਵਿੱਚ ਉਹ ਕੰਟਰੀਬਿਊਟ ਕਰ ਸਕਦਾ ਹੈ ਥੈਂਕ ਯੂ so much for your views sir more power to you definitely ਆਪਾਂ ਇਹ ਜੋ ਪ੍ਰੋਜੈਕਟ ਹੈ ਅਜ਼ ਅ ਰੇ ਆਫ ਹੋਪ ਮੋਰ ਪਾਵਰ ਟੂ ਯੂ ਜੀ ਥੈਂਕ ਯੂ ਵੈਰੀ ਮੱਚ ਤੇ ਮੇਰਾ ਇੱਕ ਰਿਕੁਐਸਟ ਹੈ ਸਾਰੇ ਵਿਊਅਰਸ ਨੂੰ ਕਿ ਜੋ ਵੀ ਤੁਹਾਡੇ ਰੀਜਨ ਦੇ ਵਿੱਚ ਤੁਹਾਡੇ ਆਸ-ਪਾਸ ਦੇ ਵਿੱਚ ਤੁਹਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਤੁਸੀਂ ਦੇਖ ਰਹੇ ਹੋਵੋਗੇ ਜਿਹੜੀਆਂ ਗ੍ਰੈਜੂਏਸ਼ਨ ਕਰ ਰਹੀਆਂ ਹਨ ਉਹਨਾਂ ਦਾ ਪੜਾਈ ਦੇ ਵਿੱਚ ਬਹੁਤ ਅੱਛੀਆਂ ਬਟ ਉਹਨਾਂ ਨੂੰ ਹਾਇਰ ਐਜੂਕੇਸ਼ਨ ਲਈ ਨਹੀਂ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਤੁਸੀਂ ਉਹਨਾਂ ਨੂੰ ਇਹ ਟੈਸਟ ਜ਼ਰੂਰ ਦਿਲਵਾਓ ਇਹ ਟੈਸਟ ਬਿਲਕੁਲ ਫ੍ਰੀ ਹੈ ਉਸ ਤੋਂ ਬਾਅਦ ਜੇ ਉਹ ਬੱਚੇ ਸਿਲੈਕਟ ਹੁੰਦੇ ਹਨ ਤਾਂ ਡੈਫੀਨਿਟਲੀ ਤੁਸੀਂ ਉਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰੋਗੇ ਉਹਨਾਂ ਦੀ ਸਕਸੈਸ ਸਟੋਰੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਹਿਬ